ਸੇਵਾ ਮੁਕਤ ASI ਦੇ ਘਰ ਚੋਰਾਂ ਨੇ ਰਾਤ ਵੇਲੇ ਡਾਕਾ ਮਾਰਿਆ ਤੇ ਘਰ 'ਚ ਰੱਖਿਆ ਸੋਨਾ ਤੇ ਨਗਦੀ ਲੈ ਕੇ ਫਰਾਰ ਹੋ ਗਏ। ਪਰਿਵਾਰ ਦਾ ਤਕਰੀਬਨ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਚੋਰ ਘਰ ਦੇ ਵਿੱਚ ਬੈੱਡਰੂਮ ਦੀ ਗ੍ਰਿਲ ਤੋੜ ਕੇ ਕਮਰੇ 'ਚ ਦਾਖਲ ਹੋਏ ਸਨ। ਜਿਸ ਕਮਰੇ 'ਚ ਚੋਰਾਂ ਨੇ ਚੋਰੀ ਕੀਤੀ ਉਸਦੇ ਨਾਲ ਵਾਲੇ ਕਮਰੇ 'ਚ ਹੀ ਪਰਿਵਾਰ ਸੁੱਤਾ ਪਿਆ ਸੀ, ਪਰ ਉਹਨਾਂ ਨੂੰ ਪੱਖੇ ਦੀ ਆਵਾਜ਼ 'ਚ ਪਤਾ ਨਹੀਂ ਲੱਗਾ ਕਿ ਉਹਨਾਂ ਦੇ ਘਰ 'ਚ ਚੋਰੀ ਹੋ ਰਹੀ ਹੈ। ਪਰ ਜਦੋਂ ਪਰਿਵਾਰਕ ਮੈਂਬਰ ਸਵੇਰ ਵੇਲੇ ਉੱਠਦੇ ਨੇ ਤਾਂ ਉਹਨਾਂ ਨੂੰ ਇਸ ਘਟਨਾ ਦਾ ਪਤਾ ਲੱਗਾ। ਇਹ ਘਟਨਾ ਭਵਾਨੀਗੜ੍ਹ ਤੋਂ ਸਾਹਮਣੇ ਆਈ ਹੈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਨਸ਼ੇੜੀਆਂ ਦੇ ਖਿਲਾਫ ਸਰਕਾਰ ਨੂੰ ਨਕੇਲ ਕੱਸਣੀ ਚਾਹੀਦੀ ਹੈ ਤੇ ਰਾਤ ਵੇਲੇ ਪਿੰਡਾਂ 'ਚ ਵੀ PCR ਘੁੰਮਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ 'ਤੇ ਰੋਕ ਲਗਾਈ ਜਾ ਸਕੇ। ਮੇਰਾ ਨਾਮ ਦਵਿੰਦਰ ਸਿੰਘ, ਪਿੰਡ ਰਾਜਪੁਰਾ। ਕੀ ਕੰਮ ਕਰ ਰਹੇ? ਮੈਂ ਪੰਜਾਬ ਪੁਲਿਸ ਦੇ ਵਿੱਚ ASI ਰਿਟਾਇਰ ਹੋਇਆ। ਅੱਜ ਕੀ ਘਟਨਾ ਹੋਈ ਜੀ? ਕਿੰਨੇ ਵਜੇ ਤੁਸੀਂ ਰਾਤ ਪਏ ਸੀ? ਘਟਨਾ ਕੀ, ਰਾਤ ਅਸੀਂ ਦੋਵੇਂ ਮੀਆਂ ਬੀਬੀ ਰਾਤ ਨੂੰ 8 ਵਜੇ ਰੋਟੀ ਖਾ ਕੇ ਪੈ ਗਏ ਸੀ। ਬੱਚੇ ਗਏ ਨੇ ਬਾਹਰ ਅਤੇ ਸਵੇਰੇ ਜਦ 4 ਵਜੇ ਉੱਠੇ, ਅਸੀਂ ਜਾਣਾ ਸੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ। ਸਵੇਰੇ 4 ਵਜੇ ਘਰ ਦੇ ਉੱਠੇ, ਜਦ ਦੇਖਿਆ ਲੌਕ ਲੱਗਿਆ ਪਿਆ ਸਾਡੇ ਜਿਹੜਾ ਦੂਸਰੇ ਬੈੱਡਰੂਮ 'ਚ। ਘਰਦਿਆਂ ਨੇ ਮੈਨੂੰ ਠਾਲਿਆ ਵੀ ਉਹ ਬੈੱਡਰੂਮ ਦਾ ਲੌਕ ਲੱਗਿਆ ਪਿਆ। ਉਹਨਾਂ ਠਾਲ ਕੇ ਜਦ ਮੈਨੂੰ ਪੁੱਛਿਆ ਵੀ ਇਹ ਲੌਕ ਕਿਹਨੇ ਲਾਇਆ, ਜਦ ਮੈਂ ਆ ਕੇ ਚੈੱਕ ਕੀਤਾ ਤਾਂ ਲੌਕ ਲੱਗਿਆ ਪਿਆ ਸੀ। ਤਾਂ ਸਾਡਾ ਦਿਮਾਗ ਵੈਸੇ ਹੀ ਘੁੰਮ ਗਿਆ ਵੀ ਇਹ ਲੌਕ ਕਿਹਨੇ ਲਾਇਆ। ਤਾਂ ਮੈਂ ਬਾਹਰ ਦੀ ਜਾ ਕੇ ਪਿਛਲੀ ਗੈਲਰੀ ਵਿੱਚ ਜਾ ਕੇ ਦੇਖਿਆ ਤਾਂ ਗ੍ਰਿਲ ਪੱਟ ਕੇ ਚੋਰਾਂ ਨੇ ਅੰਦਰ ਐਂਟਰ ਹੋ ਕੇ ਸਾਰਾ ਸਮਾਨ ਚੋਰੀ ਕਰਕੇ ਸਾਡਾ ਲੈ ਗਏ। ਗ੍ਰਿਲ ਕੋਈ ਖੜਕਾ ਵਗੈਰਾ ਨਹੀਂ ਪਤਾ? ਕੋਈ ਖੜਕੇ ਦਾ ਕੋਈ ਪਤਾ ਨਹੀਂ ਲੱਗਿਆ, ਕਿਉਂਕਿ ਅਗਲੇ ਬੈੱਡਰੂਮ 'ਚ ਅਸੀਂ ਪਏ ਸੀ, ਉੱਥੋਂ ਕੋਈ ਪਤਾ ਨਹੀਂ ਲੱਗਿਆ, ਪੱਖੇ ਦੀ ਆਵਾਜ਼ ਕਰਕੇ ਪਤਾ ਹੀ ਨਹੀਂ ਲੱਗਿਆ। ਤੁਹਾਨੂੰ ਕਿੰਨੇ ਕੁ ਅੰਦਾਜ਼ਾ ਲੱਗਦਾ ਵੀ ਰਾਤ ਚੋਰੀ ਹੋਈ ਹੈ? ਸਾਨੂੰ ਤਾਂ ਸਵੇਰੇ 4 ਵਜੇ ਉੱਠੇ ਹਾਂ, ਅਸੀਂ ਘਰ ਦੇ ਉੱਠੇ ਸੀ, ਸਵੇਰੇ ਜਾਣਾ ਸੀ ਬਾਬਾ ਜੀ ਦੇ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਅਤੇ ਸਵੇਰੇ ਉੱਠ ਕੇ ਪਤਾ ਲੱਗਿਆ ਸਾਨੂੰ। ਕਿੰਨਾ ਕੁ ਨੁਕਸਾਨ ਹੋਇਆ, ਕੀ ਲੈ ਗਏ? ਨੁਕਸਾਨ ਘੱਟ ਤੋਂ ਘੱਟ ਹੋ ਗਿਆ ਸਾਡਾ ਜੀ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਕਿੰਨਾ ਕੁ ਕੈਸ਼ ਜਾਂ ਸੋਨਾ? ਕੈਸ਼ ਦੀ ਬੇਟੀ ਦਾ ਪਿਆ ਜੀ 50-60 ਹਜ਼ਾਰ ਰੁਪਈਆ ਇੱਥੇ, ਉਹ ਲੈ ਗਏ। ਬਾਕੀ ਸਿਆਉਣਾ ਸੀ, ਜ਼ਿਆਦਾਤਰ ਸਿਆਉਣਾ ਹੀ ਸੀ ਮੇਰਾ, ਉਹ ਲੈ ਗਏ ਚੱਕ ਕੇ ਸਾਰਾ ਕੁਛ। ਕੋਈ ਮਾੜਾ ਮੋਟਾ ਕੋਈ ਸ਼ੱਕ ਸਵਾਹ ਹੋਵੇ ਕਿਸੇ 'ਤੇ? ਨਹੀਂ, ਸ਼ੱਕ ਕਿਸੇ 'ਤੇ ਨਹੀਂ ਸੀ, ਕਿਸੇ 'ਤੇ ਨਹੀਂ ਸ਼ੱਕ। ਕੀ ਮੰਗ ਕਰਦੇ ਪ੍ਰਸ਼ਾਸਨ? ਮੰਗ ਤਾਂ ਇਹੀ ਕਰਦੇ ਹਾਂ ਭਾਈ ਆਪਦਾ, ਵੀ ਜਿਹੜੇ ਚੋਰ ਪੱਟੇ ਨੇ ਉਹਨਾਂ ਨੂੰ ਟਰੇਸ ਕਰਨ, ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ 'ਤੇ। ਅਤੇ ਪਰਿਵਾਰ ਪੁਲਿਸ ਪ੍ਰਸ਼ਾਸਨ ਪਹੁੰਚ ਗਏ ਸੀ? ਹਾਂ, ਮੌਕੇ 'ਤੇ ਆਪਣਾ ASI ਕਲਾ ਝੌੜਾ ਇੰਚਾਰਜ ਉਹ ਪਹੁੰਚ ਗਏ ਸੀ, ਆ ਕੇ ਚੈੱਕ ਕਰਕੇ ਚਲੇ ਗਏ। 9 ਵਜੇ ਕਹਿੰਦੇ ਵੀ ਫਿੰਗਰ ਪ੍ਰਿੰਟ ਵਾਲੇ ਆਉਣਗੇ ਅਤੇ ਦੁਬਾਰਾ ਫਿਰ ਦੇਖਦੇ ਹਾਂ ਹੁਣ ਅੱਗੇ ਕੀ ਕਾਰਵਾਈ ਕਰਨਗੇ। ਮੇਰਾ ਨਾਂ ਕਰਮ ਸਿੰਘ ਆ ਜੀ, ਪਿਤਾ ਦਾ ਨਾਮ ਅਮਰੀਕ ਸਿੰਘ ਆ, ਮੈਂ ਆਰਮੀ 'ਚੋਂ ਰਿਟਾਇਰ ਹਾਂ। ਇਹ ਮੇਰੇ ਬ੍ਰਦਰ ਨੇ ASI ਪੰਜਾਬ ਪੁਲਿਸ 'ਚੋਂ ਰਿਟਾਇਰ ਹੋਏ ਨੇ। ਇਹਨਾਂ ਦੇ ਰਾਤ ਜਾਣੀ ਕਿ ਬਹੁਤ ਜ਼ਿਆਦਾ ਮਦਭਾਗੀ ਘਟਨਾ ਹੋਈ ਆ, ਜਿਹੜੇ ਚੋਰੀ ਹੋਈ ਆ। ਵੈਸੇ ਤਾਂ ਇਹ ਕਿਸੇ ਭੇਤੀ ਦਾ ਕੰਮ ਹੈ, ਬਾਕੀ ਪ੍ਰਸ਼ਾਸਨ ਦੀ ਵੀ ਬਣਦੀ ਹੈ ਕਾਰਵਾਈ ਇਹਨਾਂ ਦੇ ਕਰਨ ਦੀ, ਕਿਉਂਕਿ ਨਸ਼ੇੜੀ ਜ਼ਿਆਦਾ ਹੋ ਰਹੇ ਨੇ ਅੱਜ ਕੱਲ੍ਹ, ਇਹਨਾਂ ਦੇ ਨਕੇਲ ਕਸੀ ਜਾਵੇ, ਕਿਉਂਕਿ ਪ੍ਰਸ਼ਾਸਨ ਜੇ ਇਹਨਾਂ 'ਤੇ ਨਕੇਲ ਪਾਊਗਾ ਤਾਂ ਆਪਣਾ ਬੱਚਤ ਹੋ ਸਕਦੀ ਆ, ਨਹੀਂ ਤਾਂ ਹੁਣ ਇਹ ਨਾਲ ਦੇ ਕਮਰੇ 'ਚ ਸੁੱਤੇ ਪਏ ਨੇ, ਇਹਨਾਂ ਨੂੰ ਭਿਣਕ ਨਹੀਂ ਲੱਗਣ ਦਿੱਤੀ ਇਹਨਾਂ ਨੇ, ਨਸ਼ੇੜੀਆਂ ਦੀ ਕੰਮ ਨੇ ਇਹ। ਜੇ ਪ੍ਰਸ਼ਾਸਨ ਨਹੀਂ ਇਹਨਾਂ 'ਤੇ ਨਸ਼ੇੜੀਆਂ 'ਤੇ ਕਾਰਵਾਈ ਕਰੂਗਾ ਫਿਰ ਅੱਗੇ ਤਾਂ ਹੁਣ ਬੰਦੇ ਪਏ ਨੇ ਉਰੇ, ਇਹ ਤਾਂ ਦਿਨੇ ਆ ਕੇ ਵੀ ਡਾਕੇ ਮਾਰਨੇ ਸ਼ੁਰੂ ਕਰ ਦੇਣਗੇ। ਕਿੰਨਾ ਕੁ ਨੁਕਸਾਨ ਹੋਇਆ ਜੀ? ਨੁਕਸਾਨ ਜੀ ਘੱਟੋ ਘੱਟ 7-8 ਲੱਖ ਦਾ ਨੁਕਸਾਨ ਹੋ ਗਿਆ ਇਹਨਾਂ ਦਾ, 5-5 ਕਰਕੇ ਪਤਾ ਨਹੀਂ ਕਿਵੇਂ ਜੋੜੀ ਸੀ ਇਹਨਾਂ ਨੇ, 24-25-32 ਸਾਲ ਇਹਨਾਂ ਨੇ ਪੰਜਾਬ ਪੁਲਿਸ ਦੀ ਨੌਕਰੀ ਕਰੀ ਆ,
ਪੰਜੀ ਪੰਜੀ ਕਰਕੇ ਜੋੜ ਕੇ ਤਾਂ ਉਰੇ ਤੱਕ ਪਹੁੰਚੇ ਜੀ, ਉਹੀ ਸਾਰਾ ਦੋ ਘੰਟੇ 'ਚ ਇਕੱਠਾ ਕਰਕੇ ਲੈ ਗਏ ਉਹ। ਕਰਨ ਜੀ, ਅਗਰ ਗੱਲ ਕਰੀਏ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਨੂੰ ਕਿੰਨਾ ਕੁ ਤੁਸੀਂ ਦੇਖਦੇ? ਆਮ ਲੋਕ ਕਿਹੜੇ ਸੁਰੱਖਿਆ ਨੇ ਜੀ, ਹੁਣ ਤਾਂ ਉਹ ਤੁਸੀਂ ਉਹ ਦਿਮਾਗ 'ਚ ਹੀ ਕੱਢ ਦਿਓ। ਹੁਣ ਤਾਂ ਦਿਨੇ ਹੁਣ ਤੁਹਾਡੇ ਸਾਹਮਣੇ ਆ, ਹੁਣ ਗਾਜਰਾਂ ਵਾਂਗੂ ਅੱਜ ਕੱਲ੍ਹ ਵੱਢ ਟੋਕਾ ਕਰਕੇ ਲੰਘ ਜਾਂਦੇ ਨੇ। ਅੱਜ ਕੱਲ੍ਹ ਤਾਂ ਪ੍ਰਸ਼ਾਸਨ ਦੀ ਕੋਈ ਹੈ ਹੀ ਨਹੀਂ, ਬਾਕੀ ਸਰਕਾਰਾਂ ਇਹੋ ਜਿਹੀਆਂ ਆ ਗਈਆਂ ਹੁਣ, ਨਲਾਇਕ ਸਰਕਾਰਾਂ ਨੇ। ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ, ਉਰੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ। ਕੋਈ ਰਾਤ ਨੂੰ PCR ਘੁੰਮਦੀ ਹੋਵੇ, ਪੈਟਰੋਲਿੰਗ ਹੁੰਦੀ ਹੋਵੇ ਪਿੰਡਾਂ ਦੇ ਵਿੱਚ, ਮਤਲਬ ਇਹ ਨਹੀਂ ਹੈਗਾ ਕੋਈ ਵੀ ਚੋਰ ਚਪੱਕਾ ਕੋਈ ਐਵੇਂ ਆ ਜਾਏ। ਰਾਤ ਨੂੰ ਪੰਜਾਬ ਪੁਲਿਸ ਵਗੈਰਾ ਜਿਵੇਂ ਆਪਣੇ ਲਾਏ ਹੋਏ ਨੇ, ਰਾਤ ਨੂੰ ਪੈਟਰੋਲਿੰਗ ਹੋਣੀ ਚਾਹੀਦੀ ਆ, ਪਹਿਰੇ ਲੱਗਣੇ ਚਾਹੀਦੇ ਨੇ। ਪ੍ਰਸ਼ਾਸਨ ਤੋਂ ਕੀ ਮੰਗ ਕਰ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਜੀ ਵੀ ਜਿਹੜੇ ਚੋਰ ਚਪੱਕੇ ਨੇ ਇਹਨਾਂ 'ਤੇ ਸਖ਼ਤ ਕਾਰਵਾਈ ਕਰੀ ਜਾਵੇ। ਅਤੇ ਬਾਕੀ ਪ੍ਰਸ਼ਾਸਨ ਨੂੰ ਬੇਨਤੀ ਇਹੀ ਆ ਵੀ ਰਾਤ ਨੂੰ PCR ਘੁੰਮਣੀ ਚਾਹੀਦੀ ਆ ਪਿੰਡਾਂ ਦੇ ਵਿੱਚ ਵੀ, ਅਤੇ ਬਾਕੀ ਪਹਿਰੇ ਲੱਗਣੇ ਚਾਹੀਦੇ ਨੇ। ਮੇਰਾ ਐਸ ਆਈ ਬਲਜੀਤ ਸਿੰਘ, 4 ਚੌਂਕੀ ਕਾਲਾ ਝਾੜ। ਸਰ, ਇੱਕ ਉਹਦੇ ਰਾਜਪੁਰੇ ਪਿੰਡ ਚੋਰੀ ਹੋਈ ਹੈ, ਕਿਵੇਂ ਕੀ ਗੱਲਬਾਤ ਜੀ? ਹਾਂ, ਸਾਨੂੰ ਸਵੇਰੇ ਤਲਾਹ ਮਿਲੀ ਕਰੀਬ 7 ਵਜੇ, ਦਵਿੰਦਰ ਸਿੰਘ ਨੇ ਦਿੱਤੀ ਵੀ ਉਹਦੇ ਘਰ ਜਿਹੜਾ ਖੇਤਾਂ ਦਾ ਪਿੰਡ ਤੋਂ ਬਾਹਰ ਹੈ ਅਤੇ ਇਹਦੀ ਪਿੱਠਾ ਖੇਤਾਂ ਵੱਲ ਲੱਗਦੀ ਹੈ ਵੀ ਉੱਥੇ ਰਾਤ ਚੋਰੀ ਹੋਈ ਹੈ। ਜਦੋਂ ਅਸੀਂ ਆ ਕੇ ਮੌਕਾ ਦੇਖਿਆ ਤਾਂ ਪਿੱਛੋਂ ਗ੍ਰਿਲ ਰਾਹੀਂ ਜਿਹੜੇ ਤੋੜ ਕੇ ਅੰਦਰ ਕੋਈ ਦਾਖਲ ਹੋਣਾ ਪੈ ਗਿਆ। ਇਹਦੇ ਅਸੀਂ ਜਿਹੜੀਆਂ ਟੈਕਨੀਕਲ ਟੀਮਾਂ ਫਿੰਗਰਪ੍ਰਿੰਟ ਵਗੈਰਾ ਉਹ ਆ ਚੁੱਕੇ ਨੇ, ਵੈਰੀਫਾਈ ਕਰ ਰਹੇ ਹਾਂ, ਜੋ ਹੋਊਗਾ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਕਿੰਨਾ ਕੁ ਨੁਕਸਾਨ ਦੀ ਜਾਣਕਾਰੀ ਫਿਲਹਾਲ ਤੋਂ ਪਰਿਵਾਰ ਵੱਲੋਂ ਜਿਹੜਾ ਚੈੱਕ ਕਰਕੇ ਦੱਸਿਆ ਜੀ, ਹਲੇ ਅਸੀਂ ਉਹਨਾਂ ਨੂੰ ਛੇੜਛਾੜ ਨਹੀਂ ਸੀ ਕਰਨ ਦਿੱਤੀ ਕਿਉਂਕਿ ਟੀਮਾਂ ਫਿੰਗਰਪ੍ਰਿੰਟ ਟੀਮਾਂ ਆਈ ਹੋਈ ਹੈ। ਉਸ ਤੋਂ ਬਾਅਦ ਉਹ ਦੇਖਣਗੇ ਕੀ ਉਹਦਾ ਸਮਾਨ ਚੋਰੀ ਹੋਇਆ, ਕੀ ਰਹਿ ਗਿਆ, ਕੀ ਪਿਆ ਸੀ। ਸਰ, ਲੱਗਦਾ ਨਹੀਂ ਵੀ ਜਿਵੇਂ ਚੋਰਾਂ ਨੂੰ ਕੋਈ ਬੇਖੌਫ ਹੋਏ ਖੜੇ ਲਈ ਪੈਂਦਾ ਵੀ ਡਰ ਮੁੰਡਾ ਭੋਲ ਵੀ ਲੱਗਦਾ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਜੀ, ਬੇਖੌਫ ਵਾਲੀ ਤਾਂ, ਪਰੰਤੂ ਸਾਡੀਆਂ ਗਸ਼ਤਾਂ ਵੀ ਚੱਲਦੀਆਂ ਰਾਤ ਨੂੰ, ਫਿਰ ਵੀ ਚਲੋ ਇਹ ਗਾਇਬ ਗਾਇਬ ਹੋਣਾ, ਹਨੇਰੇ ਦਾ ਫਾਇਦਾ ਉਠਾ ਕੇ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ, ਅਸੀਂ ਜਲਦੀ ਨੂੰ ਟਰੇਸ ਕਰ ਲਾਂਗੇ। ਪਿੰਡਾਂ ਵਾਲਾ ਬੋਲੋ ਕਿਹਾ ਯਾਰ ਵੀ PCR ਵਗੈਰਾ ਵੀ ਅਗਰ ਗੇੜੇ ਮਾਰੇ ਜਾਣ, ਚਲੋ ਥੋੜ੍ਹਾ ਮੋਟਾ ਵੀ ਲੋਕਾਂ ਨੂੰ ਹੋ ਰਹੇ ਨੇ ਵੀ ਗੇੜੇ ਮਾਰੇ ਜਾ ਰਹੇ? ਬਿਲਕੁਲ, ਰਾਤੀ ਸਾਡੇ ਗਸਤਾਂ ਆਉਂਦੀ, 11 ਤੋਂ 4 ਪੱਕੀਆਂ ਗਸਤਾਂ ਨੇ, ਵੈਸੇ ਵੀ ਗਾਹੇ ਵਗਾਹੇ ਦਿਨ ਨੂੰ ਵੀ ਰਾਤ ਨੂੰ ਵੀ ਅਤੇ ਪੱਕੀ ਵੀ ਜਾਂਦੇ। ਉਹ ਤੋਂ ਇਲਾਵਾ ਮੈਂ ਵੀ ਗਸਤ ਜਾਂਦੇ ਸੀ ਰਾਤ ਨੂੰ, ਅਤੇ ਬਾਕੀ ਕੈਮਰੇ ਅਸੀਂ ਦੇਖ ਰਹੇ ਹਾਂ, ਟੀਮਾਂ ਲੱਗੀਆਂ ਹੋਈਆਂ ਜੀ, ਜੋ ਵੀ ਸਲਾਹ ਲੱਗਦਾ ਉਹਦੇ ਮੁਤਾਬਕ ਜਲਦੀ ਨੂੰ ਟਰੇਸ ਕਰ ਲਾਂਗੇ।